ਏਜੰਟਾਂ ਦੇ ਥਰੂ ਘੱਟ ਰੇਟ 'ਚ ਕੰਮ ਕਰੇਂਗੇ, ਯੂਨੀਅਨ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਸ 'ਤੇ ਕਰੇਗੀ। ਕਿਉਂਕਿ ਕੱਲ੍ਹ ਮੈਨੂੰ ਪ੍ਰਧਾਨਗੀ ਦਾ ਕੰਮ ਸੌਂਪਿਆ ਗਿਆ, ਉਸ ਦੀ ਤਰਫ 'ਚ ਸਾਰੇ ਜਿਹੜੇ ਆਪਣੇ ਬਿੱਲ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਯੂਨੀਅਨ ਆਪਣੇ ਰੇਟ ਲਿਸਟ ਜਾਰੀ ਕਰ ਰਹੀ ਹੈ, ਠੀਕ ਹੈ, ਜਿਹਦੇ ਵਿੱਚ ਮਿਨੀਮਮ ਅਤੇ ਮੈਕਸੀਮਮ ਰੇਟ ਦਾ ਵੇਰਵਾ ਹੋਏਗਾ, ਛੋਟੀ ਕਾਰਾਂ ਦਾ, ਆਰਟੀਕਾ ਦਾ, ਇਨੋਵਾ ਦਾ, ਕ੍ਰਿਸਟਾ, ਟੈਂਪੂ, 26 ਸੀਟਰ ਤੱਕ ਸਾਰੇ ਆਪਣੇ ਵੀਰਾਂ ਨੂੰ, ਟਰਾਂਸਪੋਰਟ ਵਾਲਿਆਂ ਨੂੰ ਬੇਨਤੀ ਹੈ ਕੋਈ ਵੀ ਬੰਦਾ ਇਸ ਰੇਟ ਤੋਂ ਨੀਚੇ ਚੰਡੀਗੜ੍ਹ 'ਚ ਕੰਮ ਨਾ ਕਰੇ। ਸਾਨੂੰ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਬੈਰ ਉਹ ਨਹੀਂ, ਭਾਵਨਾ ਨਹੀਂ, ਚਾਹੇ ਹਿਮਾਚਲ ਵਾਲੇ ਹੈ, ਚਾਹੇ ਹਰਿਆਣੇ ਵਾਲੇ ਹੈ, ਚਾਹੇ ਆਪਣਾ ਤੁਹਾਡੇ ਪੰਜਾਬ ਵਾਲੇ ਹੈ, ਆਓ ਆਪਣਾ ਕੰਮ ਕਰੋ, ਕੋਈ ਦਿੱਕਤ ਨਹੀਂ ਹੈ, ਪਰ ਘੱਟ ਰੇਟ 'ਚ ਕੰਮ ਨਾ ਕਰੋ। ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਸੀ ਕੋਵਿਡ 'ਚ ਸਾਡਾ ਕੰਮ ਕਿੰਨਾ ਡਾਊਨ ਆਇਆ, ਹੁਣ ਥੋੜ੍ਹਾ ਥੋੜ੍ਹਾ ਕੰਮ ਸਭ ਦਾ ਚੱਲਣ ਲੱਗਿਆ। ਸਾਨੂੰ ਕਿਸੇ ਤੋਂ ਕੋਈ ਗਿਲਾ ਸ਼ਿਕਵਾ ਜਾਂ ਕੋਈ ਕਿਸੇ ਨਾਲ ਰੋਲੇ ਵਾਲੀ ਗੱਲ ਨਹੀਂ, ਆਪਣਾ ਆਓ, ਆਪਣੀ ਬੁਕਿੰਗ ਚੱਕੋ ਅਤੇ ਜਾਓ। ਪਰ ਜਿਹੜੇ ਉਰੇ ਰਹਿ ਕੇ ਬੰਦੇ ਏਜੰਟਾਂ ਦੇ ਥਰੂ ਘੱਟ ਰੇਟ 'ਚ ਕੰਮ ਕਰੇਂਗੇ, ਯੂਨੀਅਨ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਸ 'ਤੇ ਕਰੇਗੀ, ਅਤੇ ਇਹਦੇ ਵਿੱਚ ਕਿਸੇ ਨੂੰ ਬੁਰਾ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ।